ਮਿੰਟੂ ਜੀ ਆਪਾਂ ਅੱਗੇ ਵੱਲ ਨੂੰ ਚੱਲ ਗਏ ਜੀ ਇਧਰੋਂ ਨਿਯੁਕਤੀਆਂ ਦਾ ਵੀ ਰੌਲਾ ਰੱਪਾ ਖਾਸਾ ਪਿਆ ਹੋਇਆ ਜੀ ਕਹਿੰਦੇ ਕਿ ਕਹਿੰਦੇ ਕਿ ਇੱਕ ਨਵੀਂ ਨਿਯੁਕਤੀ ਹੋਈ ਹੈ ਤੇ ਹੋਈ ਵੀ ਉੱਤੋਂ ਆ ਜੀ ਕਹਿੰਦੇ ਕਿ ਬਾਈ ਇੱਥੇ ਤਾਂ ਜਾਣ ਪਛਾਣ ਹੀ ਨਹੀਂ ਹੈ ਕਿ ਜਰਾ ਕਰਾਓ ਜਾਣ ਪਛਾਣ ਨਾ ਪੰਜਾਬ ਦੇ ਵਿੱਚ ਤਾਂ ਮਿਲਿਆ ਬਹੁਤੀ ਖਬਰਾਂ ਨਹੀਂ ਹਾਲੇ ਤੱਕ ਨਿਕੜੀਆਂ ਹੋਈਆਂ ਕੀ ਕਹਿੰਨਾ ਕਿਤੇ ਕੋਈ ਇੱਕ ਅੱਧੀ ਖਬਰ ਆ ਗਈ ਹੋਵੇ ਤਾਂ ਦੇਖੋ ਇਹਨਾਂ ਨੇ ਨਾ ਅ ਸ਼ਾਇਦ ਆਪਾਂ ਜੋ ਲਿਖਿਆ ਬੋਰਡ ਬੋਰਡ ਨਹੀਂ ਲਿਖਣਾ ਚਾਹੀਦਾ ਸਾਨੂੰ ਸ਼ਬਦ ਸ਼ਬਦ ਲਿਖਣਾ ਚਾਹੀਦਾ ਕਮਿਸ਼ਨ ਹਾਂਜੀ ਇਹਨਾਂ ਨੇ ਇੱਕ ਨਵਾਂ ਕਮਿਸ਼ਨ ਬਣਾਇਆ ਹੈ ਵਿਕਾਸ ਕਮਿਸ਼ਨ ਹਾਂਜੀ ਪੰਜਾਬ ਵਿਕਾਸ ਕਮਿਸ਼ਨ ਉਸੇ ਦੀ ਗੱਲ ਕਰ ਰਹੇ ਸੀ ਹਾਂਜੀ ਜੀ ਇਹ ਉਸੇ ਤਰਜ਼ ਤੇ ਆ ਜਿਵੇਂ ਸੈਂਟਰ ਦੇ ਵਿੱਚ ਆਪਾਂ ਪਹਿਲਾਂ ਦੇਖਦੇ ਹੁੰਦੇ ਸੀਗਾ ਨਾ ਕਿ ਨੀਤੀ ਆਯੋਗ ਜੀ ਉਸ ਤੋਂ ਪਹਿਲਾਂ ਆਪਾਂ ਉਹ ਦੇਖਦੇ ਸੀ ਪਲੈਨਿੰਗ ਬੋਰਡ ਉਹਦਾ ਨਾਮ ਬਦਲ ਕੇ ਨਾ ਨੀਤੀ ਆਯੋਗ ਕਰ ਦਿੱਤਾ ਹਾਂਜੀ ਉਸੇ ਹੀ ਤਰਜ਼ੇ ਅਮਲ ਤੇ ਇਹਨਾਂ ਨੇ ਬਣਾ ਦਿੱਤਾ ਨਵਾਂ ਵਿਕਾਸ ਕਮਿਸ਼ਨ ਜੀ ਉਹਦੇ ਵਿੱਚ ਇਹਨਾਂ ਨੇ 6 ਅਹੁਦੇ ਦੇਣੇ ਆ ਚਾਰ ਹੋਗੇ ਮੈਂਬਰ ਇੱਕ ਚੇਅਰਮੈਨ ਇੱਕ ਹੋ ਗਿਆ ਉਪ ਚੇਅਰਮੈਨ ਜੀ ਤੇ ਕਮਾਲ ਦੀ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਉਪ ਚੇਅਰ ਪਰਸਨ ਦੀ ਨਿਯੁਕਤੀ ਹੋਈ ਹੈ ਤੇ ਉਹ ਵੀ ਦਿੱਲੀੋਂ ਸਿੱਧੇ ਤਾਂ ਤੋਂ ਉਹ ਬੀਬੀ ਸੀਮਾ ਬਾਂਸਲੀਆ ਜਿਨ੍ਹਾਂ ਨੇ ਸ਼ਾਇਦ ਆਪਣੇ ਸੋਸ਼ਲ ਮੀਡੀਆ ਤੇ ਵੀ ਇਹਦੀ ਜਾਣਕਾਰੀ ਜੜੀ ਆ ਉਹ ਸਾਂਝੀ ਕੀਤੀ ਆ ਜੀ ਤਾਨੂੰ ਯਾਦ ਹੋਏਗਾ ਜਦੋਂ ਆਪਾਂ ਇੱਕ ਦੋ ਖੇਤੀ ਦੇ ਮਾਮਲਿਆਂ 'ਚ ਗੱਲਬਾਤ ਕਰ ਰਹੇ ਸੀਗੇ ਤੇ ਅਸੀਂ ਸਭ ਤੋਂ ਪਹਿਲਾਂ ਦੱਸ ਦਿੱਤਾ ਸੀਗਾ ਕਿ ਇੱਕ ਦਿੱਲੀੋਂ ਕੰਪਨੀ ਆਏਗੀ ਜਿਹੜੀ ਇੱਥੇ ਠੇਕਾ ਹਾਸਲ ਕਰੇਗੀ ਜੀ ਉਹ ਸੀ ਬੋਸਟਨ ਕੰਸਲਟੈਂਸੀ ਹਾਂਜੀ ਇਹ ਬੀਬੀ ਵੀ ਕਿ 23 ਸਾਲ ਉਸੇ ਕੰਪਨੀ 'ਚ ਰਹੀ ਹੈ ਉਹ ਕੰਪਨੀ ਪਹਿਲਾਂ ਆਈ ਉਸ ਕੰਪਨੀ ਨੂੰ ਖੇਤੀਬਾੜੀ ਚ ਜੀ ਮਤਲਬ ਕਿ ਕੰਮ ਦਿੱਤਾ ਗਿਆ ਠੇਕਾ ਦਿੱਤਾ ਗਿਆ ਜੀ ਕਰੋੜਾ ਰੁਪਏ ਦਾ ਉਹ ਠੇਕਾ ਕਿਸ ਤਰ੍ਹਾਂ ਮਿਲਿਆ ਉਹਦੀ ਗੱਲ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ ਹਾਂ ਜੀ ਕਿਵੇਂ ਐਂਟਰੀ ਹੋਈ ਇੱਥੋਂ ਤੱਕ ਆਈ ਕਿਵੇਂ ਐਂਟਰੀ ਹੋਈ ਉਹ ਸਭ ਮਤਲਬ ਕਿ ਉਸ ਗੱਲ ਨੂੰ ਦੁਬਾਰਾ ਫੁੱਲਣ ਦਾ ਕੋਈ ਤੁਕ ਨਹੀਂ ਬਣਦਾ ਤੇ ਉਸੇ ਕੰਪਨੀ ਦੇ ਵਿੱਚ ਇਹ ਬੀਬੀ ਅਹਿਮ ਅਹੁਦੇ ਤੇ ਰਹੀ ਆ ਤੇ ਹੁਣ ਇਹਨੂੰ ਸਭ ਤੋਂ ਪਹਿਲੀਆਂ ਚ ਅਉਦੇ ਤੇ ਨਵਾਜ਼ ਦਿੱਤਾ ਗਿਆ ਕਿ ਲੋ ਜੀ ਆਉਂਦਾ ਤੁਹਾਡਾ ਆ। ਮਤਲਬ ਜੀ 보ਸਟਨ ਦੀ ਕਹਿ ਲੋ ਕਿ ਵੱਲੇ ਵੱਲੇ ਆ। ਹੁਣ 보ਸਟਨ ਹੈ ਪਤਾ ਨਹੀਂ ਕਿ ਦੀ ਮੈਨੂੰ ਪਤਾ ਨਹੀਂ ਹੈ। ਤੁਹਾਨੂੰ ਪਤਾ ਨਾ ਕੰਪਨੀਆਂ ਸਿੱਧੀਆਂ ਸਿੱਧੀਆਂ ਕਿਵੇਂ ਜੁੜਦੀਆਂ ਨੇ। ਇੱਥੇ ਤੇ ਆ ਜਿਹੜਾ ਹੈਗਾ ਆ ਮਹਾਸ਼ੇ ਅਡਾਨੀ ਜੀ। ਉਹਦੀ ਗ੍ਰੀਨ ਐਨਰਜੀ ਦਾ ਜਿਹੜਾ ਸਲਾਹਕਾਰ ਆ, ਯਾਨੀ ਅਡਾਨੀ ਦਾ ਸਲਾਹਕਾਰ ਆ, ਉਹ ਇਹਨਾਂ ਨੇ ਵਾਤਾਵਰਣ ਵਾਲੀ ਜਿਹੜੀ ਸੰਸਦੀ ਕਮੇਟੀ ਆ ਪੈਨਲ ਆ ਜਿਹੜਾ ਉਹਦੇ ਚ ਸਲਾਹ ਕਰ ਲਾ ਲਿਆ ਅੱਛਾ ਜੀ ਸਲਾਹ ਕਰਨ ਨੂੰ ਕਹਿੰਦੇ ਆਓ ਸਲਾਹ ਕਰ ਸੋ ਅੱਛਾ ਅਡਾਨੀ ਦੀ ਉਹ ਜਿਹੜੀ ਹਿੰਡਨਬਰਗ ਤੋਂ ਬਾਅਦ ਸੇਬੀ ਨੇ ਜਾਂਚ ਖੁਲਵਾਈ ਆ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਉਹਦੇ ਚ ਵੀ ਅਡਾਨੀ ਦਾ ਇੱਕ ਬੰਦਾ ਕਮਿਊਨਿਟੀ ਚ ਕਨਫਲਿਕਟ ਆਫ ਇੰਟਰਸਟ ਇਸ ਨੂੰ ਬੋਲਦੇ ਆ ਹਿੱਤਾਂ ਦਾ ਟਕਰਾਅ ਪਰ ਇਥੇ ਹਿੱਤਾਂ ਦਾ ਟਕਰਾਅ ਜਿਹੜਾ ਉਹ ਕਹ ਲਓ ਕੌਣ ਪੁੱਛਦਾ ਇਥੇ ਬਦਲਾ ਹੈ ਹਿੱਤਾਂ ਦਾ ਟਕਰਾਅ ਬਾਅਦ ਦੀ ਗੱਲ ਆ ਜੀ ਸੋ ਇਸ ਕਰਕੇ ਹੁਣ ਇਹ ਜਿਹੜੀ ਨਿਯੁਕਤੀ ਆ ਉਹ ਕਾਫੀ ਕਹਿ ਲੋ ਕਿ ਚਰਚਿਤ ਹੋ ਗਈ ਜੀ ਵੈਸੇ ਇਸ ਕਮਿਸ਼ਨ ਨੂੰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਨੀਤੀ ਆਯੋਗ ਦੀ ਤਰਸੇ ਬਣਾਇਆ ਕਿ ਸਕੂਲ ਐਮੀਨੈਂਸ ਸਕੂਲ ਆਫ ਐਮੀਨੈਂਸ ਹਾਂਜੀ ਇਹਦੇ ਤਹਿਤ ਜਿੰਨਾ ਜਿੰਨਾ ਚੀਜ਼ਾਂ ਤੇ ਕੰਮ ਕਰ ਹਾਂਜੀ ਹਾਂਜੀ ਤੇ ਇਸ ਤੋਂ ਇਲਾਵਾ ਫਿਰ ਜੇ ਤੁਸੀਂ ਦੇਖੋਗੇ ਖੇਤੀ ਆ ਗਈ ਜਾਂ ਕੁਝ ਹੋਰ ਜਿੱਦਾਂ ਟੈਕਸ ਚੋਰੀ इत्याਦਿਕ ਜੀ ਭਾਈ ਇਹ ਜਿਹੜੇ ਮਿਸਾਇਲ ਨੇ ਇਹ ਜਿਹੜੇ ਮਸਲੇ ਨੇ ਕਿ ਇਹਨਾਂ ਦੇ ਵਿੱਚ ਸਲਾਹ ਦੇਣੀ ਬਸ ਆਹੀ ਕੰਮ ਐ ਇਸ ਕਮਿਸ਼ਨ ਦਾ ਜੀ ਤੇ ਸਲਾਹ ਦੇਣ ਵਾਸਤੇ ਵੀ ਹੁਣ ਤੁਸੀਂ ਵੇਖ ਲਓ ਕਿ 1 2 ਅਹੁਦੇ ਹੋਗੇ ਨਾ ਚੇਅਰਮੈਨ ਤੇ ਸੈਕੰਡ ਉਪਾ ਜੀ ਦੋਨਾਂ 'ਚੋਂ ਇੱਕ ਨਿਯੁਕਤੀ ਜਿਹੜੀ ਆ ਕਿਵੇਂ ਹੋ ਗਈ ਜੀ ਚੇਅਰ ਪਰਸਨ ਦੀ ਮਤਲਬ ਕਿ ਸਲਾਹ ਵਾਲਾ ਜਿਹੜਾ ਉਹ ਹੋਇਆ ਸੀਗਾ ਨਾ ਸ਼ੁਰੂ ਦੇ ਵਿੱਚ ਐਮਓ ਜੀ ਐਮਓਯੂ ਸਾਈਨ ਹੋਇਆ ਸੀਗਾ ਉਹਦੇ ਤੇ ਚੱਲਿਆ ਜਾ ਰਿਹਾ ਉਹਨੂੰ ਬ੍ਰੀਚ ਨਹੀਂ ਕੀਤਾ ਜਾ ਸਕਦਾ ਕਿ ਭਾਈ ਉਹ ਤੇ ਮਤਲਬ ਆਉਣਗੇ ਹੀ ਆਉਣਗੇ ਹਰ ਹਾਲ ਦੇ ਵਿੱਚ ਤੁਸੀਂ ਦੇਖਿਆ ਅਹਿਮ ਮੀਟਿੰਗ ਦੇ ਵਿੱਚ ਉਹ ਦਿੱਲੀ ਦਾ ਸ਼ਖਸ ਬੈਠਾ ਫੋਟੋਆਂ ਤੱਕ ਗਈਆਂ ਫੋਟੋਆਂ ਤੱਕ ਵਾਇਰਲ ਹੋ ਗਈਆਂ ਜੀ ਫਿਰ ਇਸ ਤੋਂ ਇਲਾਵਾ ਤੁਹਾਨੂੰ ਯਾਦ ਹੋਣਾ ਪਾਵਰ ਕਾਮ ਦੀ ਜਿਹੜੀ ਉਹ ਇੰਜੀਨੀਅਰਿੰਗ ਇੰਜੀਨੀਅਰਾਂ ਦੀ ਐਸੋਸੀਏਸ਼ਨ ਆ ਉਹਨਾਂ ਨੇ ਖੱਤ ਲਿਖਿਆ ਕਿ ਕਿਸ ਤਰ੍ਹਾਂ ਇੱਕ ਬੰਦਾ ਕਰਨਾਟਕ ਤੋਂ ਆ ਕੇ ਇੰਟਰਫੀਰੈਂਸ ਕਰ ਰਿਹਾ ਹੈ ਫਿਰ ਇਸ ਤੋਂ ਇਲਾਵਾ ਰੀਰਾ ਦੀਆਂ ਨਿਯੁਕਤੀਆਂ ਲਾ ਲਓ ਸਖਸੀਅਤਾਂ ਸਭ ਹਰਾਂ ਦੀਆਂ ਨਿਯੁਕਤੀਆਂ ਲਾ ਲਓ ਰਾਜ ਸਭਾ ਦੀਆਂ ਨਿਯੁਕਤੀਆਂ ਲਾ ਲਓ ਰਹਿਦੀ ਕਸਰਾ ਹੁਣ ਇਹ ਕਿ ਸਾਡੀ ਖੇਤੀ ਨੂੰ ਵੀ ਸਲਾਹ ਜਿਹੜੀ ਆ ਨਾ ਉਹ ਉਹਨਾਂ ਲੋਕਾਂ ਨੇ ਦੇਣੀ ਆ ਜਿਹੜੇ ਕਾਰਪੋਰੇਟ ਦਾ ਹੀ ਸਾਰੇ ਨੇ ਇਹ ਕੰਪਨੀਆਂ ਕੀ ਹੁੰਦੀਆਂ ਤੁਸੀਂ ਐਰ ਕਰ ਲਓ ਤੁਹਾਡੇ ਕੋਲ ਆ ਜਾਣਗੇ ਇਹ ਤਾਂ ਕੰਮ ਇਹਨਾਂ ਦਾ ਪ੍ਰਸ਼ਾਂਤ ਪੂਸ਼ਣ ਅਰਗਾ ਉਹ ਕਿਹੜ ਨਹੀਂ ਨਹੀਂ ਸੌਰੀ ਪ੍ਰਸ਼ਾਂਤ ਕਿਹੜਾ ਸੀ ਉਹ ਪੀਕੇ ਪੀਕੇ ਪ੍ਰਸ਼ਾਂਤ ਕਿਸ਼ੋਰ ਪ੍ਰਸ਼ਾਂਤ ਕਿਸ਼ੋਰ ਮੈਂ ਪ੍ਰਸ਼ਾਂਤ ਪੂਸ਼ਣ ਤੇ ਉਹ ਵਕੀਲ ਸਾਹਿਬ ਨੇ ਜੀ ਇਹ ਇਹਨਾਂ ਦਾ ਕੰਮ ਹੈ ਜੇ ਨਿਤਿਸ਼ ਨੇ ਪੈਸੇ ਦਿੱਤੇ ਤੇ ਨਿਤਿਸ਼ ਕੁਲ ਚੱਲ ਗਿਆ ਜੇ ਮਮਤਾ ਨੇ ਕਿਹਾ ਇਧਰ ਆ ਜਾ ਪੀਕੇ ਪੀਕੇ ਉਧਰ ਨੂੰ ਉਤਰੇ ਜੇ ਕਾਂਗਰਸ ਦੇ ਕੈਪਟਨ ਨੇ ਕਿਹਾ ਕਾਫੀ ਵਿਦ ਕੈਪਟਨ ਹੋ ਗਿਆ ਮਤਲਬ ਕਿ ਆ ਸਾਰਾ ਕੁਝ ਚੱਲਦਾ ਹੁੰਦਾ ਹੈ ਨਾ ਕੰਪਨੀਆਂ ਦਾ ਹੋਰ ਕੀ ਆ ਤਾਂ ਜਾਨੀ ਇੱਕ ਪਾਸੇ ਹਿਸਾਬ ਲਾ ਲੋ ਕਿ ਖੇਤੀ ਨੀਤੀ ਖੁਦ ਨਹੀਂ ਯਾਰ ਤੁਹਾਡੇ ਕੋਲ ਏਸ਼ੀਆ ਦੀ ਸਭ ਤੋਂ ਵੱਡੀ ਆ ਨਾ ਹਾਂ ਜੀ ਮੰਡੀ ਨਹੀਂ 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 ਉਸਤਾਦ ਪੀਏਯੂ ਹਾਂਜੀ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਉਹ ਤਾਂ ਮੰਡੀ ਖੰਨੇ ਵਾਲੀ ਆ ਨਾ ਖੰਨੇ ਦੇ ਦਵਿੰਦਰ ਭਲਾਇਆ ਨਾ ਕਰੋ ਉਸਨਾਂ ਦੇ ਮਾਲ ਨੂੰ ਸਤਾਇਆ ਨਾ ਕਰੋ ਜੀ ਗੱਲ ਇਹ ਆ ਕਿ ਹੁਣ ਸਾਡੇ ਕੋਲ ਖੇਤੀ ਨਾਲ ਜੁੜੀ ਸਲਾਹ ਵੀ ਯਾਰ ਸਾਡੇ ਪੰਜਾਬੀ ਦੇਣ ਜੋਗੇ ਐ ਨਹੀਂ ਵਿਦਵਾਨ ਐ ਨਹੀਂ ਸਾਡੇ ਕੋਲ ਆ ਸੋਚਾ ਸਿੰਘ ਗਿੱਲੂ ਰੀ ਕੌਣ ਨੇ ਇਹ ਕੌਣ ਨੇ ਭਾਈ ਸਰਦਾਰਾ ਸਿੰਘ ਜੋਲ ਵਰਗੇ ਸਾਡੇ ਕੋਲ ਯਾਰ ਥੰਮ ਬੈਠੇ ਆ ਜੀ ਉਹਨਾਂ ਦੇ ਗਾਂ ਚੇਲੇ ਕਿੰਨੇ ਆ ਜੀ ਗਿਆਨ ਸਿੰਘ ਹੋਰੀ ਕੌਣ ਨੇ ਇਹ ਇਹ ਮਤਲਬ ਕਿ ਸਾਨੂੰ ਦੇਦੇ ਹੀ ਨਹੀਂ ਆ ਯਾਰ ਸਾਨੂੰ ਦੀਦੀ ਨਹੀਂ ਅੱਛਾ ਇੱਕ ਪਾਸੇ ਗੱਲਾਂ ਪੈ ਕਰਦੇ ਨੇ ਕਹਿੰਦੇ ਕਿ ਸਪੋਰਟਸ ਦੇ ਮਾਮਲੇ ਦੇ ਵਿੱਚ ਨਿਯੁਕਤੀਆਂ ਜਿਹੜੀਆਂ ਨਾਨ ਪੋਲੀਟੀਕਲ ਕਰਨੀਆਂ ਨੇ ਹਾਂਜੀ ਕਰਤੀਆਂ ਸਾਰੀਆਂ ਦੁਬਾਰਾ ਕਰਾਂਗੇ ਅੱਛਾ ਚਲੋ ਵੇਖਾਂਗੇ ਜੀ ਕੀ ਹੁੰਦਾ ਦੇਖेंगे ਦੇਖेंगे ਜੀ ਅੱਛਾ ਉਹ ਕੀ ਹੁੰਦਾ ਤੇ ਦੂਸਰੇ ਪਾਸੇ ਨਹੀਂ ਹੁੰਦੀਆਂ ਯਾਰ ਇਹ ਪੋਲੀਟੀਕਲ ਮੋਟੀਵੇਟਿਡ ਨਹੀਂ ਆਈਆਂ ਕਮਿਸ਼ਨਾਂ ਨੂੰ ਬੋਰਡਾਂ ਨੂੰ ਫੇਰ ਉਹਨਾਂ ਨੂੰ ਤੁਸੀਂ ਰਾਜਸੀ ਕਰਨ ਦਾ ਕਿਉਂ ਵਡਾ ਰਹੇ ਹੋ ਤੁਸੀਂ ਰੰਗ ਦੇ ਰਹੇ ਹੋ ਜੀ ਵੱਡਾ ਸਵਾਲ ਤੇ ਆ ਨਾ ਜੀ ਕਿ ਖੇਡਾਂ ਨੂੰ ਚਲੋ ਅਸੀਂ ਮੈਂ ਤੇ ਇਸਤਗਬਾਲ ਕਰਦਾ ਇਸ ਚੀਜ਼ ਦਾ ਸਵਾਗਤ ਕਰਦਾ ਕਿ ਵਧੀਆ ਗੱਲ ਆ ਕਿਸੇ ਸਰਕਾਰ ਨੇ ਸੋਚਿਆ ਕਿ ਭਾਈ ਖੇਡਾਂ ਨੂੰ ਖੇਡਾਂ ਵਾਲੇ ਹੀ ਚਲਾਉਣ ਜੀ ਗੋਡਿਆ ਸਾਰੀ ਗੱਲ ਬਹੁਤ ਵਧੀਆ ਜੀ ਪਰੰਤੂ ਇਹੋ ਜੇ ਕਮਿਸ਼ਨ ਜਿਹੜੇ ਆ ਕਿ ਸਾਡੇ ਕੋਲ ਐਕਸਪਰਟ ਹੈ ਨਹੀਂ ਵੱਡਾ ਸਵਾਲ ਇਹ ਆ ਜੀ ਕਿ ਅਸੀਂ ਹਰੇਕ ਮਾਮਲੇ 'ਚ ਹੁਣ ਉੱਥੋਂ ਹੀ ਲੈ ਕੇ ਆਉਣੇ ਨਾ ਰੇਹੜਾ ਚਲਾਉਣ ਲਈ ਸਾਡੇ ਕੋਲ ਆ ਨਾ ਰੇੜਾ ਚਲੋਂ ਵਾਲੀ ਵੀ ਕਹਨ ਤੁਸੀ ਕਹੋਗੇ ਕਿ ਰੇੜਾ ਵੀ ਬਾਈ ਉਹ ਰੇੜੇ ਦਾ ਸਾਡਾ ਉਥੋਂ ਆ ਕੇ ਜੀ ਸੋ ਗੱਲ ਇਹ ਹੈ ਕਿ ਇਹਦੇ ਤੋਂ ਇੱਕ ਸੰਕੇਤ ਮਿਲਦਾ ਹੈ ਮਾਨ ਸਾਹਿਬ ਗੱਲ ਕੌੜੀ ਲੱਗੇ ਚਾਹੇ ਫਿੱਕੀ ਲੱਗੇ ਕਿ ਜੋ ਤਾਕਤ ਦਾ ਧੁਰਾ ਹੁੰਦਾ ਹੈ ਨਾ ਤਾਕਤ ਦਾ ਧੁਰਾ ਬਿਸ਼ੱਕ ਥੋੜਾ ਬਹੁਤਾ ਜਿਹੜਾ ਵੰਡਵਾ ਜਿਹਾ ਹੀ ਇਸਾ ਪੰਜਾਬ ਦੀ ਲੀਡਰਸ਼ਿਪ ਕੋਲ ਹੋਵੇ ਪਰ ਪੂਰੀ ਤਰ੍ਹਾਂ ਨਹੀਂ ਹੈ ਤਾਕਤ ਦੇ ਧੁਰੇ ਤੇ ਜ਼ਿਆਦਾ ਜਿਹਦਾ ਹੱਥ ਪੈਂਦਾ ਤੇ ਉਹ ਵੱਡਿਆਂ ਲਈ ਆ ਇਹ ਅੰਦਰ ਖਾਤੇ ਇਹ ਵੀ ਗੱਲਾਂ ਕਰਦੇ ਆ ਕਿ ਸਾਨੂੰ ਵੱਧ ਸ਼ਕਤੀਆਂ ਦਿੱਤੀਆਂ ਜਾਣੀਆਂ ਚਾਹੀਦੀ ਪਰ ਉਹ ਪਾਵਰ ਮੁਠੀ ਵਿੱਚ ਕਿਹਦੇ ਆਪਨ ਪਰ ਤੇ ਪਤਾ ਹੀ ਨਹੀਂ ਪਤਾਈ ਹੈ ਜੀ 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 ਤਾਂ ਇਸ ਦੇ ਨਾਲ ਇਧਰੋਂ ਜੀ ਪੰਜਾਬ ਬੋਰਡ ਚ ਵੀ ਇਹਨਾਂ ਨੇ ਚੇਰਮੈਨ ਲਾਇਆ ਜੀ ਦਿੱਲੀ ਤੋਂ ਜੀ ਰਜੀਵ ਜੀ ਕਹਰੇ ਜੀ ਹਾਂ ਜੀ ਆਪਾਂ ਤਾਂ ਗੱਲਕਾਰੀ ਚੱਲ ਨੇ ਬਾਕੀ ਜੇ ਕੋਈ ਹੋਰ ਹੈਗਾ ਤਾਂ ਤੁਸੀਂ ਜਰਾ ਦੱਸ ਦਿਓ ਜੀ ਦੀਪ ਬਰਾੜ ਜੀ ਕਹਿੰਦੇ ਕਿ ਯੂਕੇ ਦੇ ਵਿੱਚ ਮੰਤਰੀ ਨੇ ਗਲਤੀ ਕੀਤੀ ਸੀ ਚੁੱਕ ਕੇ ਬਾਹਰ ਕਰ ਦਿੱਤੀ ਜੀ ਇੰਡੀਆ ਇਹ ਇੱਥੇ ਨਹੀਂ ਮੰਨਦੇ ਹੈਗੇ ਮਿੰਟੂ ਵੀਰੇ ਕਹਿੰਦੇ ਕਿ ਜੀ ਨਹੀਂ ਉਹੀ ਤਾਂ ਗੱਲ ਹੈ ਨਾ ਕਿ ਦੇਖੋ ਏਡਾ ਵੱਡਾ ਜੇ ਦੋਸ਼ ਲੱਗਾ ਮੈਂ ਕੱਲ ਵੀ ਗੱਲ ਕੀਤੀ ਸੀ ਜੀ ਕਦੇ-ਕਦੇ ਸੱਤਾਧਾਰੀਆਂ ਨੂੰ ਲੱਗਦਾ ਕਿ ਯਾਰ ਮੈਂ ਤਾਂ ਹੀ ਇਸ ਕਰਕੇ ਅੱਜ ਵੀਡੀਓ ਵਾਲਾ ਮੁੱਦਾ ਨਿਸ਼ ਹੋਇਆ ਕਿ ਯਾਰ ਆਪੋਜੀਸ਼ਨ ਦੀ ਗੱਲ ਨੂੰ ਕੁਝ ਜ਼ਿਆਦਾ ਹੀ ਉਭਾਰਿਆ ਜਾ ਰਿਹਾ ਹੈ ਜੀ ਕਿ ਉਹਨਾਂ ਨੂੰ ਜ਼ਿਆਦਾ ਹੀ ਤਵੱਜੂ ਦਿੱਤੀ ਜਾ ਰਹੀ ਹੈ ਪਰ ਮਸਲਾ ਇਹ ਹੈ ਕਿ ਜਦੋਂ ਸਰਕਾਰ ਦੇ ਕਿਸੇ ਮੰਤਰੀ ਦੇ اخلاق ਤੇ ਗੱਲ ਆ ਗਈ ਵੈਸੇ ਉਹ ਵੀਡੀਓ ਥੱਲੜੇ ਪੱਦਰ ਤੇ ਵੰਡੀ ਗਈ ਹੈ ਮੈਨੂੰ ਲੱਗਦਾ ਕਿਉਂਕਿ ਪੱਤਰਕਾਰਾਂ ਦੇ ਇੱਕ ਵੱਡੇ ਗਰੁੱਪ ਦੇ ਵਿੱਚ ਮੈਂ ਚਰਚਾ ਸੁਣੀ ਇੱਕ ਮੰਤਰੀ ਦੀ ਕੈਦੀ ਵੀਡੀਓ ਹੁਣ ਮੈਂ ਨਾਂ ਨਹੀਂ ਲੈ ਸਕਦਾ ਕਿਉਂਕਿ ਮਜੀਠੀਆ ਸਾਹਿਬ ਨਹੀਂ ਲੈ ਰਹੇ ਤੇ ਮੈਂ ਕਿਉਂ ਲਵਾਂ ਠੀਕ ਹੈ ਨਾ ਜੀ ਹਾਂ ਜੀ ਉਹ ਦਰਿਆ ਮੁੱਲਾ ਮਜੀਠੀਏ ਸਾਹਿਬ ਦੀ ਤਾਂ ਮੁਲਾਕਾਤਾਂ ਵੀ ਹੋ ਜਾਂਦੀਆਂ ਮੇਰੀ ਤੇ ਮੁਲਾਕਾਤ ਨਹੀਂ ਕਰਨ ਜਾਣਾ ਕਿਸੇ ਨੇ ਜੀ ਨਹੀਂ ਨਹੀਂ ਛੱਡੋ ਛੱਡੋ ਰਹਿਣ ਦਿਓ ਨਹੀਂ ਨਹੀਂ ਗੱਲ ਇਹ ਆ ਕਿ ਭਾਈ ਜੇ اخلاق ਵੇਖੀਏ ਤੇ ਸਰਕਾਰ ਨੂੰ ਆਪ ਹੀ ਚਾਹੀਦਾ ਕਿ ਲਿਆ ਭਾਈ ਕੀ ਆ ਤੇਰੇ ਕੋਲ ਬਸ਼ਰਤੇ ਕਿ ਜੇ ਮੰਨਲਾ ਮਾਮਲਾ ਝੂਠਾ ਹੋਇਆ ਫੈਬ੍ਰିକੇਟਡ ਹੋਈ ਵੀਡੀਓ ਐਡਿਟ ਕੀਤੀ ਹੋਈ ਸ਼ੇਰ ਸ਼ੇਰ ਕੀਤੀ ਹੋਈ ਜਾਂ ਕੋਈ ਸਹਿਮਤੀ ਦਾ ਮਾਜ਼ਰਾ ਮਾਮਲਾ ਨਿਕਲ ਆਇਆ ਨਤੀਜਾ ਫਿਰ ਤੂੰ ਬੋਲ ਦੇਗਾ ਜੀ ਜੀ ਸਿੱਧਾ ਠੋਕ ਕੇ ਕਹੋ ਅਗਲੇ ਚਲੋ ਕੋਈ ਗੱਲ ਹੁਣ ਜਿਹੜਾ ਗਾਜਰਾਂ ਖਾਊ ਆ ਫੇ ਢਿੱਡ ਦੋ ਦੋਨਾਂ ਦੇ ਦੁਖਣ ਹਾਂਜੀ 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 ਤਾਂ ਇਸ ਤੋਂ ਬਾਅਦ ਮੈਂ ਇਹਦਰ ਉਹ ਦੇਖ ਲੈਣਾ ਹੀਰਾ ਹੀਰਾ ਸਤੂ ਜੀ ਅਸੀਂ ਵੈਸੇ ਪਹਿਲਾਂ ਵੀ ਗੱਲ ਕੀਤੀ ਹੋਈ ਹੈ ਇਹਦੇ ਤੇ ਜੀ ਦਿਆਲਪੁਰੇ ਠਾਣੀ ਵਾਲਾ ਸਲਾ ਪਹਿਲਾਂ ਵਾਰੀ ਗੁੰਮ ਸੀ ਬਹੁਤ ਵਾਰੀ ਜੀ ਬਹੁਤ ਵਾਰੀ ਗੱਲ ਹੋ ਗਈ ਜੀ ਤਾਂ ਇਸ ਤੋਂ ਇਲਾਵਾ ਮੈਂ ਕੋਈ ਹੋਰ ਕਮੈਂਟ ਦੇਖ ਲੈਣਾ ਇਧਰ ਕੁਲਮੀ ਜੀ ਕਹਰੇ ਜੀ ਮੁੱਖ ਮੰਤਰੀ ਸਾਹਿਬ ਨੇ ਫਲੈਕਸ ਬੋਰਡ ਇਸ ਲਈ ਲਾਏ ਜਾ ਰਹੇ ਨੇ ਜੀ ਤਾਂ ਜੋ ਲੋਕਾਂ ਨੂੰ ਪ੍ਰਗੱਖਾ ਪਾਇਆ ਜਾ ਸਕੇ ਕਿ ਮਾਨ ਸਾਹਿਬ ਹੀ ਨੇ ਜੀ ਪਰ ਲੋਕ ਸਭ ਸਮਝਦੇ ਨਹੀਂ ਜੀ ਕਹਿੰਦੇ ਕਿ ਇਹ ਕਰਦੇ ਇਹ ਪਬਲਿਕ ਹੈ ਉਹ ਨਹੀਂ ਪਬਲਿਕ ਹੈ ਇਹ ਸਭ ਜਾਣਦੀ ਹੈ ਸਭ ਜਾਣਦੀ ਹੈ ਗਾਣਾ ਬਹੁਤ ਪਪੂਲਰ ਗਾਣਾ ਸੀਗਾ ਕਿਸੇ ਸਮੇਂ ਦਾ ਜੀ 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 ਪਬਲਿਕ ਹੈ ਜੀ ਜੀ ਜੀ